ਪੰਜਵੀਂ ਸਮਾਜ ਦੇ ਪਿਆਰੇ ਵਿਦਿਆਰਥੀਓ ਵਿਸ਼ਾ ਵਾਤਾਵਰਣ ਸਿੱਖਿਆ ਪਾਠ 16 ਸਮੂਹ ਅਤੇ ਸੁਖ ਅੱਜ ਇਸ ਪਾਠ ਵਿੱਚ ਆਪਾਂ ਕਰਾਂਗੇ ਪ੍ਰਸ਼ਨ 2 3 4 6 ਅਤੇ 8 ਆਜੂ ਸਮਝਦੇ ਹਾਂ ਸਾਰੇ ਸਭ ਤੋਂ ਪਹਿਲਾਂ ਪ੍ਰਸ਼ਨ 2 ਮਨੁੱਖ ਨੂੰ ਇਕੱਠੇ ਵਸਣ ਨਾਲ ਕੀ ਲਾਭ ਹੁੰਦੇ ਹਨ ਇਸ ਦਾ ਉੱਤਰ ਆਪਾਂ ਲਿਖਾਂਗੇ ਮਨੁੱਖ ਪਿੰਡਾਂ ਕਸਬਿਆਂ ਸ਼ਹਿਰਾਂ ਆਦ ਵਿੱਚ ਘਰ ਬਣਾ ਕੇ ਇਕੱਠੇ ਰਹਿੰਦੇ ਹਨ ਦੁੱਖ ਸੁੱਖ ਵੇਲੇ ਉਹ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਨ ਇਕੱਠੇ ਵਸਣ ਨਾਲ ਕਿਸੇ ਵੀ ਸਮੱਸਿਆ ਜਾਂ ਖਤਰੇ ਦਾ ਸਾਹਮਣਾ ਕਰਨਾ ਸੌਖਾ ਹੋ ਜਾਂਦਾ ਹੈ ਇਕੱਠੇ ਰਹਿਣਾ ਸੁਰੱਖਿਅਤ ਰਹਿੰਦਾ ਹੈ ਇਸ ਤੋਂ ਅੱਗੇ ਹੈ ਪ੍ਰਸ਼ਨ 10 ਤੁਹਾਡੇ ਗੁਆਂਢ ਵਿੱਚ ਕਿਹੜਾ ਪਰਿਵਾਰ ਤੁਹਾਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ ਅਤੇ ਕਿਉਂ ਤੁਹਾਡੇ ਸਾਰਿਆਂ ਦੇ ਗਵਣ ਵਿੱਚ ਕਈ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਜੋ ਪਰਿਵਾਰ ਵੀ ਤੁਹਾਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ ਤੁਸੀਂ ਉਸ ਦੇ ਬਾਰੇ ਲਿਖਣਾ ਹੈ ਜਿਵੇਂ ਕਿ ਮੈਂ ਲਿਖ ਰਹੀ ਹਾਂ ਕਿ ਸਾਡੇ ਗਵਣ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਜਿਸ ਵਿੱਚ ਪਤੀ ਅਤੇ ਪਤਨੀ ਹਨ ਆਣ ਗਵਣ ਵਿੱਚ ਕਿਸੇ ਨੂੰ ਵੀ ਸਮੱਸਿਆ ਹੋਵੇ ਉਹ ਤੁਰੰਤ ਮਦਦ ਲਈ ਭੱਜੇ ਆਉਂਦੇ ਹਨ ਪ੍ਰਸ਼ਨ ਚ ਤੁਹਾਡੇ ਮੁਹੱਲੇ ਜਾਂ ਪਿੰਡ ਵਿੱਚ ਕਿਹੜੀਆਂ-ਕਿਹੜੀਆਂ ਸਾਂਝੀਆਂ ਥਾਵਾਂ ਹਨ ਅਤੇ ਲੋਕ ਇਹਨਾਂ ਦੀ ਕਿਹੜੇ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ ਉਦਾਹਰਨ ਵਜੋਂ ਧਰਮਸ਼ਾਲਾ ਜਾਂਚਕਰ ਧਾਰਮਿਕ ਸਥਾਨ ਆਦ ਤੁਹਾਡੇ ਸਾਰੇ ਪਿੰਡ ਵਿੱਚ ਸਾਂਝੇ ਥਾਵਾਂ ਬਣੀਆਂ ਹੋਣਗੀਆਂ ਤੁਸੀਂ ਉਹਨਾਂ ਬਾਰੇ ਲਿਖਣਾ ਹੈ ਅਤੇ ਦੱਸਣਾ ਹੈ ਕਿ ਲੋਕ ਉਸ ਦੀ ਵਰਤੋਂ ਕਿਹੜੇ ਕਾਰਜਾਂ ਲਈ ਕਰਦੇ ਹਨ ਜਿਵੇਂ ਕਿ ਸਾਡੇ ਪਿੰਡ ਵਿੱਚ ਇੱਕ ਜਾਂਚਕਰ ਅਤੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਹੈ ਜਾਂਚਕਰ ਦੀ ਵਰਤੋਂ ਵਿਆਹ ਸ਼ਾਦੀਆਂ ਮੌਕੇ ਭਰਾਤ ਨੂੰ ਠਹਿਰਾਉਣ ਲਈ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਵਿੱਚ ਲੋਕ ਸੁੱਖ-ਦੁੱਖ ਸਮੇਂ ਪ੍ਰੋਗਰਾਮ ਕਰਦੇ ਹਨ। ਪ੍ਰਸ਼ਨ 6 ਕਿਹੜੀ ਕਿਹਾਵਾਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਓ। ਉੜਾ ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ। ਆਪਾਂ ਇਕੱਠੇ ਰਹਿ ਕੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਨਾ ਇਸ ਲਈ ਇਹ ਵਾਲਾ ਕਥਨ ਬਿਲਕੁਲ ਗਲਤ ਹੈ। ਐੜਾ ਸਾਂਝੀਆਂ ਇਮਾਰਤਾਂ ਸਮਾਜਿਕ ਕਾਰਜਾਂ ਲਈ ਬਣਾਈਆਂ ਜਾਂਦੀਆਂ ਹਨ। ਤੁਹਾਡੇ ਪਿੰਡ ਵਿੱਚ ਪਾਰਕ ਕੁਦਰਤ ਦੁਆਰਾ ਸੈ ਬਣੇ ਹਨ ਤਾਂ ਉਹ ਸਮਾਜਿਕ ਆਚਲੇ ਬਣੇ ਹੁੰਦੇ ਹਨ ਇਸ ਲਈ ਇਹ ਕਥਨ ਬਿਲਕੁਲ ਸਹੀ ਹੈ ਈੜੀ ਕੁਦਰਤੀ ਆਫਤਾਂ ਤੋਂ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ ਕੁਦਰਤੀ ਆਫਤਾ ਸਮੇ ਸਭ ਤੋਂ ਵੱਧ ਨੁਕਸਾਨ ਘਰਾਂ ਨੂੰ ਹੀ ਹੁੰਦਾ ਹੈ ਇਸ ਲਈ ਇਹ ਕਥਨ ਬਿਲਕੁਲ ਸਹੀ ਹੈ ਘਰਾਂ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ ਸ ਸ ਗਵਾਂਡ ਦੇ ਪਰਿਵਾਰ ਦੁੱਖ ਸੁੱਖ ਵਿੱਚ ਮਦਦ ਕਰਦੇ ਹਨ ਸਾਡੇ ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਸਾਡੀ ਹਰ ਦੁੱਖ ਸੁੱਖ ਵੇਲੇ ਮਦਦ ਕਰਦੇ ਹਨ ਤਾਂ ਇਹ ਕਥਨ ਬਿਲਕੁਲ ਸਹੀ ਹੈ ਹਾਂ ਹਾ ਸ਼ਹਿਦ ਦੀਆਂ ਮੱਖੀਆਂ ਝੁੰਡ ਵਿੱਚ ਰਹਿੰਦੀਆਂ ਹਨ ਆਪਾਂ ਪੜ੍ਹਿਆ ਵੀ ਹੈ ਅਤੇ ਦੇਖਿਆ ਵੀ ਹੈ ਕਿ ਸ਼ਹਿਦ ਦੀਆਂ ਮੱਖੀਆਂ ਝੁੰਡ ਬਣਾ ਕੇ ਰਹਿੰਦੀਆਂ ਹਨ ਇਹ ਕਥਨ ਸਹੀ ਹੈ ਇਸ ਤੋਂ ਅੱਗੇ ਪ੍ਰਸ਼ਨ 8 ਮਨੁੱਖ ਘਰ ਬਣਾ ਕੇ ਕਿਉਂ ਰਹਿੰਦਾ ਹੈ ਆਪਾਂ ਸਾਰੇ ਘਰਾਂ ਵਿੱਚ ਰਹਿੰਦੇ ਹਾਂ ਤਾਂ ਆਪਾਂ ਘਰ ਬਣਾ ਕੇ ਕਿਉਂ ਰਹਿਨੇ ਹਾਂ ਹਾਂਜੀ ਇਸ ਦਾ ਉੱਤਰ ਹੈ ਘਰ ਮਨੁੱਖ ਨੂੰ ਗਰਮੀ ਸਰਦੀ ਵਰਖਾ ਆਦ ਤੋਂ ਬਚਾਉਂਦਾ ਹੈ ਘਰ ਮਨੁੱਖ ਨੂੰ ਸੁਰੱਖਿਆ ਦਿੰਦਾ ਹੈ ਇਸ ਤਰ੍ਹਾਂ ਆਪਣੇ ਸਾਰੇ ਪ੍ਰਸ਼ਨ ਪੂਰੇ ਹੋਏ ਤਾਂ ਵਾਰੀ ਆਈ ਘਰ ਦੇ ਕੰਮ ਦੀ ਆਸਾ ਤੁਹਾਡਾ ਘਰ ਦਾ ਕੰਮ ਤੁਸੀਂ ਆਪਣੀ ਵਾਤਾਵਰਣ ਵਿਸ਼ੇ ਦੀ ਕਾਪੀ ਉੱਪਰ ਪ੍ਰਸ਼ਨ 2 3 4 6 ਅਤੇ 8 ਨੂੰ ਸੁੰਦਰ ਲਿਖਾਈ ਵਿੱਚ ਲਿਖਣਾ ਹੈ